ਸ਼ਿਵਸੈਨਾ ਹਿੰਦੁਸਤਾਨ ਪ੍ਰਧਾਨ ਮੰਤਰੀ ਨੂੰ ਦਿਖਾਏਗੀ ਕਾਲੀਆਂ ਝੰਡੀਆਂ। ਸ਼ਿਵਸੈਨਾ ਹਿੰਦੁਸਤਾਨ ਵੱਲੋਂ ਅੱਜ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ਿਵਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਕੇਂਦਰ ਵੱਲੋਂ ਅੱਤਵਾਦ ਪੀੜਤਾਂ ਨੂੰ 787 ਕਰੋੜ ਦਾ ਪੈਕੇਜ ਨਾ ਦੇਣ ਨੂੰ ਲੈ ਕੇ ਸ਼ਿਵਸੈਨਾ ਹਿੰਦੁਸਤਾਨ ਦੀ ਯੁਵਾ ਇਕਾਈ 3 ਜਨਵਰੀ ਨੂੰ ਗੁਰਦਾਸਪੁਰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਵਿਰੋਧ ਕਰੇਗੀ। ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਗੁਰਦਾਸਪੁਰ 'ਚ 3 ਤਰੀਕ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਸ਼ਿਵ ਸੈਨਾ ਹਿੰਦੁਸਤਾਨ ਕਾਫੀ ਲੰਬੇ ਸਮੇਂ ਤੋਂ ਆਤੰਕਵਾਦ ਪੀੜਿਤ ਜਿਹੜੇ ਪੰਜਾਬ ਦੇ ਹਿੰਦੂ ਔਰ ਪੰਜਾਬੀ ਹੈ ਉਹਨਾਂ ਨੂੰ 781 ਕਰੋੜ ਰੁਪਏ ਦਾ ਪੈਕੇਜ ਰਿਲੀਜ਼ ਕਰਾਉਣ ਦੀ ਲੜਾਈ ਲੜ ਰਹੀ ਹੈ। ਪਰ ਕਿਉਂਕਿ ਕੇਂਦਰ ਸਰਕਾਰ ਵੀ 4.5 ਸਾਲ ਤੋਂ ਹੱਥ ਦੇ ਉੱਤੇ ਹੱਥ ਧਰ ਕੇ ਬੈਠੀ ਹੈ। ਅਗਰ ਕੈਪਟਨ ਸਾਹਿਬ ਨੇ ਪਿਛਲੀ ਸਰਕਾਰ 'ਚ ਪਾਸ ਕੀਤਾ ਸੀਗਾ ਔਰ ਕਾਂਗਰਸ ਦੀ ਕੇਂਦਰ ਸਰਕਾਰ ਨੇ ਵੀ ਨਹੀਂ ਦਿੱਤਾ ਔਰ ਹਿੰਦੂਆਂ ਦੀ ਠੇਕੇਦਾਰ ਘਾਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਵੀ 4.5 ਸਾਲ ਦਾ ਸਮਾਂ ਹੋ ਗਿਆ। ਉਹਨਾਂ ਨੇ ਵੀ ਇੱਕ ਫੂਟੀ ਕੌੜੀ ਪੰਜਾਬ ਦੇ ਜਿਹੜੇ ਟੈਰਰਿਸਟ ਵਿਕਟਮ ਹੈਗੇ ਉਹਨਾਂ ਨੂੰ ਨਹੀਂ ਦਿੱਤਾ। ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਯੁਵਾ ਇਕਾਈ ਜਿਹੜੀ ਪੰਜਾਬ ਪੱਧਰ ਦੇ ਉੱਤੇ ਗੁਰਦਾਸਪੁਰ ਦੇ ਜਦੋਂ ਪ੍ਰਧਾਨ ਮੰਤਰੀ ਆਉਣਗੇ ਉਦੋਂ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਵਿਰੋਧ ਕਰੇ।